ਵਾਰ 11ਵੀਂ ਬਾਡੀ 28ਵੀਂ 70 ਪਹਿਲੀ ਸਿਗਾਰੂ ਜੇਤਾ ਭਲਾ ਸੂਰ ਵੀਰ ਮਨ ਪਰ ਉਪਕਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿਗਾਰੂ ਜੇਤਾ ਭਲਾ ਸੂਰ ਵੀਰ ਮਨ ਪਰ ਉਪਕਾਰਾ ਭਾਈ ਗੁਰਦਾਸ ਜੀ ਦੋ ਗੁਰਸਿੱਖਾਂ ਦੇ ਬਾਰੇ ਲਿਖਦੇ ਹਨ ਸ੍ਰੀ ਸਿਗਾਰੂ ਜੀ ਤੇ ਭਾਈ ਜੇਤਾ ਜੀ ਕਹਿੰਦੇ ਇਹ ਦੋ ਗੁਰਸਿੱਖ ਜਿਹੜੇ ਸਨ ਬੜੇ ਭਲੇ ਸਨ ਤੇ ਸੂਰਬੀਰ ਵੀ ਵੱਡੇ ਸਨ ਸੂਰਮੇ ਸਨ ਬਹਾਦਰ ਸਨ ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਪਰ ਉਪਕਾਰ ਸੀ ਜੋ ਦੂਜਿਆਂ ਦਾ ਭਲਾ ਕਰਨ ਵਾਲੇ ਸਨ ਪਰ ਉਪਕਾਰ ਦੂਜਿਆਂ ਤੇ ਜਿਹੜਾ ਹੈ ਆਪਣਾ ਕੰਮ ਛੱਡ ਕੇ ਵੀ ਦੂਜਿਆਂ ਦਾ ਸਵਾਰਨ ਵਾਲੇ ਸਨ ਇਹਨਾਂ ਦੇ ਬਾਰੇ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਵਿੱਚ ਲਿਖਿਆ ਉਹ ਆਪਜੀ ਸਰਵਣ ਕਰੋ ਭਾਈ ਸੀਗਾਰੂ ਤੇ ਭਾਈ ਜੇਤਾ ਹੈ ਸਨ ਵੱਡੇ ਸੂਰਬੀਰ ਤੇ ਪਰ ਉਪਕਾਰੀ ਭਾਈ ਸੀਗਾਰੂ ਜੀ ਤੇ ਭਾਈ ਜੇਤਾ ਜੀ ਜੋ ਹਨ ਇਹ ਦੋ ਵੱਡੇ ਸੂਰਬੀਰ ਸੂਰਮੇ ਤੇ ਪਰਉਪਕਾਰੀ ਸਨ ਸਾਹਿਬ ਛੇਵੀਂ ਪਾਤਸ਼ਾਹੀ ਦੇ ਪਾਸ ਸਾਹਿਬ ਸੌਪੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੌਪਿਆ ਵੀਤੋ ਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਰਹੋ ਬਚਨ ਹੋਇਆ ਅਸਾਂ ਜੋ ਸਸਤਰ ਪਕੜਨੇ ਪਕੜਨੇ ਹੈ ਸੋ ਗੁਰੂ ਹਰਗੋਬਿੰਦ ਦਾ ਰੂਪ ਧਾਰ ਕੇ ਪਕੜਨੇ ਹੈ ਕਿਉਂਕਿ ਬਚਨ ਕੀਤਾ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਆਕੇ ਮਿਲੇ ਮਹਾਰਾਜ ਨੇ ਕਿਹਾ ਇਪਾ ਵਹਿਕਤ ਬਚਨ ਸਤਿਗੁਰਾਂ ਨੇ ਦਰਸਾਉਣਾ ਕੀਤੇ ਕਿ ਅਸੀਂ ਆਪਣੇ ਛੇਵੇਂ ਸਰੂਪ ਦੇ ਵਿੱਚ ਦੋ ਤਲਵਾਰਾਂ ਪਹਿਨਣੀਆਂ ਹਨ ਤੇ ਅਸੀਂ ਜਿਹੜਾ ਹੈ ਇਹ ਸੂਰ ਬੀਰਤਾ ਦਾ ਰੂਪ ਧਾਰਨ ਕਰਨਾ ਹੈ ਤੋਂ ਇਸ ਕਰਕੇ ਸਮਾ ਕਲਯੁਗ ਦਾ ਵਰਤਨਾ ਹੈ ਕਿਉਂਕਿ ਜਿਹੜਾ ਹਣ ਸਮਾ ਕਲਯੁਗ ਦਾ ਵਰਤਨਾ ਹੈ ਇਹ ਕਲਯੁਗ ਹੁਣ ਭਿਆਨਕ ਰੂਪ ਵਿੱਚ ਆ ਰਿਹਾ ਹੈ ਸ਼ਸਤਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ ਤੇ ਕਹਿੰਦੇ ਅਸੀਂ ਸ਼ਾਸਤਰਾਂ ਦੀ ਤਾਕਤ ਦੇ ਨਾਲ ਸ਼ਾਸਤਰਾਂ ਦੀ ਵਿਦਿਆ ਦੇ ਨਾਲ ਸ਼ਾਸਤਰਾਂ ਨੂੰ ਜਿਹੜਾ ਹੈ ਆਪਣੇ ਬਣਾ ਕੇ ਸ਼ਾਸਤਰਾਂ ਨਾਲ ਪ੍ਰੇਮ ਕਰਕੇ ਮੀਰਾ ਦੀ ਮੀਰੀ ਖਿੱਚਣੀ ਹੈ ਜਿਹੜੇ ਜ਼ਾਲਮ ਨੇ ਰਾਜੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੀ ਤਾਕਤ ਉਹਨਾਂ ਦਾ ਪਾਵਰ ਅਸੀਂ ਖਿੱਚਣਾ ਹੈ ਤੇ ਸ਼ਬਦ ਦੀ ਪ੍ਰੀਤ ਸਮਝ ਕਰ ਪੀਰ ਦੀ ਪੀਰੀ ਲੈ ਲੈਣੀ ਹੈ ਸ਼ਬਦ ਦੇ ਪ੍ਰੀਤੀ ਕਰਕੇ ਸ਼ਬਦ ਜੋ ਗੁਰਬਾਣੀ ਹੈ ਉਸ ਦੀ ਸਮਝ ਕਰਕੇ ਅਸੀਂ ਪੀਰਾਂ ਦੀ ਪੀਰੀ ਲੈ ਲੈਣੀ ਹੈ ਪੀਰਾਂ ਦੇ ਵਿੱਚੋਂ ਪੀਰੀ ਖਿੱਚ ਲੈਣੀ ਹੈ ਜਿਹੜੇ ਝੂਠੇ ਪੀਰ ਬਣੇ ਫਿਰਦੇ ਹਨ ਜਿਹੜੇ ਪਖੰਡ ਕਰਦੇ ਹਨ ਜੋ ਲੋਕਾਂ ਨੂੰ ਜਿਹੜਾ ਹਨ ਗੁੰਮਰਾਹ ਕਰਦੇ ਹਨ ਉਹਨਾਂ ਦੀ ਪੀਰੀ ਦੀ ਪੀਰੀ ਅਸੀਂ ਲੈ ਲੈਣੀ ਹੈ ਅਸੀਂ ਛੇਵੀਂ ਪਾਤਸ਼ਾਹੀ ਦੇ ਹਜ਼ੂਰ ਰਹਿਣਾ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਦਾਇਤ ਕੀਤੀ ਇਹ ਦੋ ਗੁਰ ਸਿੱਖਾਂ ਨੂੰ ਕਿ ਤੁਸੀਂ ਹਮੇਸ਼ਾ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿਣਾ। ਕਿ ਰਾਜਿਆਂ ਦਾ ਲੂਣ ਕੋਈ ਖਾਂਦਾ ਹੈ। ਦੇਖੋ ਜਿਵੇਂ ਕੋਈ ਰਾਜੇ ਦੀ ਨੌਕਰੀ ਕਰਦਾ ਹੈ ਤੇ ਰਾਜੇ ਦਾ ਲੂਣ ਖਾਂਦਾ ਹੈ ਉਸ ਦੀ ਜਿਹੜੀ ਦਿੱਤੀ ਹੋਈ ਜਿਹੜੀ ਸੈਲਰੀ ਹੈ ਤਨਖਾਹ ਹੈ ਉਹਦੇ ਤੇ ਗੁਜ਼ਾਰਾ ਕਰਦਾ ਹੈ। ਉਹਨਾਂ ਨੂੰ ਆਪਣਾ ਸਰੀਰ ਸੌਂਪਦਾ ਹੈ। ਦੇਖੋ ਉਹ ਰਾਜਾ ਤਨਖਾਹ ਦਿੰਦਾ ਹੈ। ਉਤੇ ਵਾਪਸ ਜਿਹੜੇ ਸੂਰਮੇ ਸੋਲਜਰਸ ਹੁੰਦੇ ਹਨ ਉਹਦੀ ਆਮੀ ਹੁੰਦੀ ਹੈ ਉਹ ਆਪਣੀ ਜਾਨ ਰਾਜੇ ਨੂੰ ਦੰਦੇ ਹਨ ਰਾਜਾ ਮਾਇਆ ਦੰਦਾ ਇਹ ਆਪਣੀ ਜਾਨ ਉਹਨੂੰ ਦੰਦੇ ਹਨ ਤੇ ਤੁਸਾਨੂੰ ਸਾਥ ਹੀ ਮੁਕਤ ਹੈ ਸਾਥ ਹੀ ਜੁਗਤ ਮਹਾਰਾਜ ਕਹਿੰਦੇ ਜੇ ਤੁਸੀਂ ਹਰ ਸ੍ਰੀ ਹਰ ਗੋਬਿੰਦ ਸਾਹਿਬ ਜੀ ਨਾਲ ਰਹੋਗੇ ਜੰਗ ਕਰੋਗੇ ਤਾਂ ਤੁਹਾਡੇ ਜਿਹੜੇ ਹਨ ਗ੍ਰਸਤੀ ਦੇ ਜਿਹੜੇ ਕੰਮ ਹਨ ਉਹ ਵੀ ਪੂਰੇ ਅਸੀਂ ਕਰਾਂਗੇ ਮਾਇਆ ਨਾਲ ਤੇ ਤੁਹਾਡੇ ਨਾਲ ਹੀ ਤੁਹਾਨੂੰ ਮੁਕਤ ਵੀ ਕਰਾਂਗੇ ਤੁਹਾਨੂੰ ਜੁਗਤੀ ਵੀ ਦੇਾਂਗੇ ਜੁਗਤੀ ਵਿੱਚ ਰੱਖਾਂਗੇ ਜਿਹੜੀ ਜੁਗਤੀ ਮਾਇਆ ਪਰਮਾਰਥ ਦੇ ਜਿਹੜਾ ਹਨ ਇਹਨੂੰ ਮਾਇਆ ਦੇ ਵਿੱਚ ਰਹਿੰਦੇ ਆ ਹੋਇਆ ਪਰਮਾਰਥ ਦੀ ਮਾਰਗ ਨੂੰ ਕਿਵੇਂ ਕਮਾਉਣਾ ਹੈ ਇਹ ਉਜਗਤੀ ਤੁਹਾਨੂੰ ਦੇ ਕੇ ਤੁਹਾਡੀ ਮੁਕਤੀ ਕਰਾਂਗੇ ਨਾਲ ਦੀ ਨਾਲ ਜੀਵਨ ਮੁਕਤ ਨੂੰ ਪ੍ਰਾਪਤ ਹੋਵੇਗਾ ਤੁਸੀਂ ਜਿਉਂਦਿਆਂ ਜੀ ਮੁਕਤੀ ਨੂੰ ਪ੍ਰਾਪਤ ਹੋਵੋਗੇ ਜੀਵਨ ਮੁਕਤ ਹੋ ਕੇ ਤੋਂ ਉਸੇ ਜਿਉਣਾ ਕਰੋਗੇ ਤਾਂ ਉਹਨਾਂ ਨੇ ਕਹਿਆ ਸਾਨੂੰ ਜੋਗੀ ਪਾਰਾ ਦਿੱਤਾ ਹੈ ਕਹਿਣ ਲੱਗੇ ਉਸ ਵੇਲੇ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਜੋਗੀ ਨੇ ਇੱਕ ਪਾਰਾ ਦਿੱਤਾ ਸੀ ਪਾਰਾ ਉਹਦਾ ਜਿਵੇਂ ਮਕਿਉਰੀ ਹੈ ਫੋ ਕਹਿੰਦੇ ਸਾਨੂੰ ਇੱਕ ਵਾਰ ਪਾਰਾ ਦਿੱਤਾ ਜੋ ਇੱਕ ਰਤੀ ਮਨ ਤਾਂਬੇ ਵਿੱਚ ਪਾਈਏ ਤਾਂ ਮਨ ਸੋਇਨਾ ਹੋ ਜਾਂਦਾ ਹੈ ਦੇਖੋ ਜੇ ਇੱਕ ਮਾਰਿਆ ਹੋਇਆ ਜਿਹੜਾ ਇਹ ਪਾਰਾ ਹੁੰਦਾ ਹੈ ਜਿਹੜਾ ਇਨਐਕਟਿਵ ਕੀਤੀ ਹੋਈ ਮਕਯੂਰੀ ਜਿਹੜੀ ਹੁੰਦੀ ਹੈ ਜੇ ਤਾਂਬੇ ਵਿੱਚ ਪਾਈ ਜਾਵੇ ਤੇ ਜਿਹੜਾ ਹੈ ਉਹਦੇ ਦੱਸਿਆ ਵੀ ਹੈ ਕਹਿੰਦੇ ਇੱਕ ਰਤੀ ਰਤੀ ਥੋੜਾ ਜਿਹਾ ਰਤੀ ਦਾ ਜਿਹੜਾ ਹੈ ਰਤੀ ਹੁੰਦਾ ਜਿਵੇਂ 8 ਦਾਣਿਆਂ ਦਾ ਇੱਕ ਰਤੀ ਹੈ ਸੋ ਇਸ ਪ੍ਰਕਾਰ ਕਰਕੇ ਕਹਿੰਦੇ ਜਿਹੜਾ ਰਤੀ ਹੈ ਉਹ ਤਾਂਬੇ ਮਣ ਇੱਕ ਮਣ 40 ਕਿਲੋ ਤਾਂਬੇ ਵਿੱਚ ਪਾਇਆ ਜਾਵੇ ਉਹ ਸੋਨਾ ਬਣ ਜਾਂਦਾ ਹੈ ਉਹ ਕਨਵਰਟ ਹੋ ਜਾਂਦਾ ਹੈ ਉਹ ਤਾਂਬਾ ਜਿਹੜਾ ਹੈ ਕਪ ਸੋਨਾ ਬਣ ਜਾਂਦਾ ਹੈ ਜੇ ਇੱਕ ਚਾਵਲ ਭਰ ਕੋਈ ਮਨੁੱਖ ਖਾਵੇ ਜੇ ਉਹ ਪਾਰਾ ਮਾਰਿਆ ਹੋਇਆ ਪਾਰਾ ਜਿਹੜਾ ਇਨਐਕਟਿਵ ਕੀਤੀ ਹੋਈ ਮਰਕਿਊਰੀ ਨੂੰ ਕੋਈ ਇੱਕ ਚੌਲ ਦੇ ਦਾਣੇ ਜਿੰਨਾ ਕੋਈ ਖਾ ਲਵੇ ਕੰਜ਼ਿਊਮ ਕਰ ਲਵੇ ਤਾਂ ਸਵਾ ਮਣ ਦੀ ਉਸ ਨੂੰ ਖਦਿਆ ਹੋਵੇ ਦੇਖੋ ਉਹਨੂੰ ਭੁੱਖ ਲੱਗੇਗੀ ਸਵਾ ਮਣ ਦੀ ਜਿਵੇਂ ਕਿ 60 ਕਿਲੋਸ ਭੋਜਨ ਉਹ ਖਾ ਸਕਦਾ ਇੱਕ ਦਿਨ ਦਾ 60 ਕਿਲੋ ਇੰਨਾ ਜਿਆਦਾ ਉਹਨੂੰ ਭੁੱਖ ਲੱਗਣ ਲੱਗ ਜਾਂਦੀ ਹੈ ਸੋ ਜਿੰਨਾ ਉਹ ਖਾਏਗਾ ਜਿੰਨੇ ਉਹ ਕਸਰਤ ਕਰੇਗਾ ਉਹਨਾਂ ਨੂੰ ਤਕੜਾ ਹੋਵੇਗਾ। ਅਰ ਹਸਤੇ ਦਾ ਬਲ ਉਸਕੇ ਪਾਸ ਹੋਵੇਗਾ। ਤੇ ਉਹਦੇ ਵਿੱਚ ਹਾਥੀ ਜਿੰਨਾ ਜੋਰ ਹੋਵੇਗਾ ਹਾਥੀ ਜਿੰਨਾ ਤਕੜਾ ਹੋ ਸਕਦਾ ਹੈ ਉਹ ਇਨਸਾਨ ਜਿਹੜਾ ਇੰਨਕ ਇੱਕ ਚੌਲ ਦੇ ਦਾਣੇ ਜਿੰਨਾ ਖਾ ਲਵੇ। ਤਾਂ ਬਚਨ ਹੋਇਆ ਗੁਰੂ ਹਰਗੋਬਿੰਦ ਜੀ ਕੇ ਪਾਸ ਤੁਸੀਂ ਲੈ ਜਾਵੋ। ਤੋਂ ਉਸ ਵੇਲੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਜਿਹੜਾ ਹੈ ਪਾਰਾ ਤੁਸੀਂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਕੋ ਲੈ ਕੇ ਜਾਣਾ ਕਰੋ ਜਦ ਸਾਹਿਬ 6ਵੀਂ ਪਾਤਸ਼ਾਹੀ ਕੇ ਹਜੂਰ ਲੈ ਗਏ ਤਾਂ ਬਚਨ ਹੋਇਆ ਉਸ ਵੇਲੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗਏ ਉਹ ਪਾਰੇ ਨੂੰ ਲੈ ਕੇ ਤਾਂ ਬਚਨ ਹੋਇਆ ਜਿਨ੍ਹਾਂ ਨੇ ਮਨ ਰੂਪੀ ਪਾਰਾ ਮਾਰਿਆ ਹੈ ਉਹਨਾਂ ਕੋ ਔਰ ਪਾਰੇ ਸਾਥ ਕੀ ਪਰੋਜਨ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਮਨ ਰੂਪੀ ਪਾਰਾ ਇਹ ਮਨ ਵੀ ਇੱਕ ਮਕਯੂਰੀ ਹੈ ਜੇ ਇਹ ਮਨ ਨੂੰ ਮਾਰੀਏ ਤਾਂ ਮਨ ਨੂੰ ਕੰਟਰੋਲ ਕਰ ਲਈਏ ਤਾ ਫਿਰ ਕੀ ਹੁੰਦਾ ਹੈ ਕਹਿੰਦੇਗੇ ਉਹਨਾਂ ਕੋ ਕੋ ਔਰ ਪਾਰੇ ਹੋਰ ਉਹਨਾਂ ਨੂੰ ਪਾਰੇ ਦੀ ਕੀ ਲੋੜ ਹੈ ਜਿਨ੍ਹਾਂ ਨੇ ਆਪਣੇ ਮਨ ਰੂਪੀ ਪਾਰੇ ਨੂੰ ਮਾਰ ਲਿਆ ਉਹਨਾਂ ਨੇ ਤਾਂ ਸਾਰੇ ਜਗਤ ਨੂੰ ਜਿੱਤ ਲਿਆ ਕਹਿੰਣ ਲੱਗੇ ਫਿਰ ਉਹਨਾਂ ਨੂੰ ਪਾਰੇ ਦੀ ਕੀ ਲੋੜ ਹੈ ਮਾਰਿਆ ਪਾਰਾ ਤਾਂਬੇ ਨੂੰ ਸਵਰਨ ਕਰਦਾ ਹੈ ਦੇਖੋ ਮਾਰਿਆ ਹੋਇਆ ਤਾਂਬਾ ਜਿਹੜਾ ਮਾਰਿਆ ਹੋਇਆ ਜਿਹੜਾ ਜਿਹੜਾ ਪਾਰਾ ਹੈ ਏ ਜਿਹੜਾ ਹੈ ਤਾਂਬੇ ਨੂੰ ਸੋਨਾ ਕਰ ਦਿੰਦਾ ਹੈ ਕਾਪਰ ਨੂੰ ਭਾਵੇਂ ਸੋਨਾ ਬਣਾ ਦਵੇ ਮਨ ਮਾਰਿਆ ਜੀ ਨੂੰ ਪਰਮੇਸ਼ਰ ਕਰਦਾ ਹੈ ਦੇਖੋ ਜੇ ਮਨ ਨੂੰ ਮਾਰ ਲਈਏ ਤਾਂ ਮਨ ਮਰੇ ਹੋਏ ਉੱਤੇ ਜਿਹੜਾ ਨਾਮ ਰੂਪੀ ਪਾਰਾ ਪਾਇਆ ਜਾਵੇ ਤਾਂ ਉਹ ਰੱਬ ਬਣ ਜਾਂਦਾ ਹੈ ਉਹੀ ਮਨ ਹੁੰਦਾ ਜਿਹੜਾ ਊਨ ਮਨ ਹੋ ਕੇ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜਿਵੇਂ ਤਾਂਬਾ ਸੋਨਾ ਬਣਦਾ ਹੈ ਮਨ ਪਰਮੇਸ਼ਰ ਬਣ ਜਾਂਦਾ ਹੈ ਪਰ ਤੁਸੀਂ ਸਾਡੀ ਸ਼ਰਧਾ ਕਰਕੇ ਇੱਕ ਚਾਵਲ ਅਸੀਂ ਲੈਂਦੇ ਹਾਂ ਪਰ ਕਹਿੰਦੇ ਤੁਹਾਡੀ ਸ਼ਰਧਾ ਕਰਕੇ ਅਸੀਂ ਤੁਹਾਨੂੰ ਇਹ ਜਿਹੜਾ ਹੈ ਇਹ ਜਿਹੜਾ ਤੁਸੀਂ ਸ਼ਰਧਾ ਨਾਲ ਲੈ ਕੇ ਆਏ ਹੋ ਮਾਰਿਆ ਹੋਇਆ ਪਾਰਾ ਅਸੀਂ ਲੈਂਦੇ ਹਾਂ ਸਾਹਿਬ ਇੱਕ ਚਾਵਲ ਵਿੱਚੋਂ ਪਾਣ ਉੱਤੇ ਪਾਏ ਕੇ ਭੋਜਨ ਕੀਤਾ ਉਸ ਗੇਰੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਇੱਕ ਚਾਵਲ ਜਿੰਨਾ ਪਾਰਾ ਜਿਹੜਾ ਉਹ ਸ਼ਕ ਜੀ ਰਹਿੰਦਾ ਬਲ ਅੰਮ੍ਰਿਤਸਰ ਵਿੱਚ ਢਾਲ ਦਿੱਤਾ ਤੇ ਰਹਿੰਦਾ ਜਿਹੜਾ ਕਿਉ ਜਰਾ ਬਾਕੀ ਦਾ ਸੀ ਉਹ ਸਾਰਾ ਸ੍ਰੀ ਹਰਮੰਦਰ ਸਾਹਿਬ ਦੇ ਜਿਹੜਾ ਸਰੋਵਰ ਵਿੱਚ ਉੱਥੇ ਹੀ ਜਿਹੜਾ ਜਿਹੜਾ ਹੈ ਮਹਾਰਾਜ ਨੇ ਰੱਖ ਦਿੱਤਾ ਢਾਲ ਦਿੱਤਾ ਜਾਂ ਢੋਲ ਦਿੱਤਾ ਤੇ ਉਹਨਾਂ ਤਾਂ ਹੀ ਆਪਣੀ ਪਾਸ ਰੱਖਿਆ ਤੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਇਹ ਦੋ ਗੁਰਸਿੱਖਾਂ ਨੂੰ ਮਹਾਰਾਜ ਨੇ ਆਪਣੇ ਕੋਲ ਰੱਖਿਆ ਜਿਸ ਕਰਕੇ ਜਿਹੜਾ ਹੈ ਭਾਈ ਸਿਗਾਰੂ ਜੀ ਭਾਈ ਜੇਤਾ ਜੀ ਇਸ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਫੌਜ ਵਿੱਚ ਇਹ ਵੀ ਫੌਜਦਾਰ ਸਨ ਇਹ ਰਹੇ ਤੇ ਆਨੇ ਸਾਰੀਆਂ ਹੀ ਜੰਗਾਂ ਵਿੱਚ ਹਿੱਸਾ ਲਿਆ ਸੀ ਗਰੂ ਜਤਾ ਪਲਾ ਸੂਰ ਬੀਰ ਮਨ ਪਰ ਉਪਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ